ਕਿਲੋ ਦੇ ਠੱਗੀਆਂ ਮਾਰੀਆਂ ਨੇ ਜਿਹਦਾ ਖੁਲਾਸਾ ਹੋ ਸਕੇ। ਕਹਿੰਦਾ ਰੀਸੈਂਟਲੀ ਮੁਕੱਦਮਾ ਨੰਬਰ 113 27/5/2023 ਇਸੇ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਸਾਡੇ ਮਾਨਯੋਗ ਸਾਬਕਾ ਆਈ ਜੀ ਸਾਹਿਬ ਕੁਬਲੇ ਜੀ ਪ੍ਰਤਾਪ ਜੀ ਜੋ ਐਮ ਐਲ ਏ ਅੰਮ੍ਰਿਤਸਰ ਤੋਂ ਨੇ ਉਹਨਾਂ ਦਾ ਨਾਮ ਲੈ ਕੇ ਵੀ ਉੱਥੇ ਲੋਕਾਂ ਨੂੰ ਠੱਗੀਆਂ ਮਾਰੇ ਸੀ ਉੱਥੇ ਮੁਕੱਦਮਾ ਦਰਜ ਸੀ ਅਤੇ ਉਹ ਵੀ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਇਸੇ ਸੇਮ ਨੰਬਰ ਤੋਂ ਠੱਗੀ ਮਾਰੇ ਸੀ। ਦੋਸ਼ੀ ਦੇ ਖਿਲਾਫ ਅਸੀਂ ਜੇ ਲੋੜ ਪਈ ਤਾਂ ਹੋਰ ਵੀ ਪੁਲਿਸ ਰਿਮਾਂਡ ਲਿਆ ਜਾਊਗਾ ਅਤੇ ਹੋਰ ਜੋ ਵੀ ਚੀਜ਼ਾਂ ਨੇ ਜਿੱਥੇ ਜਿੱਥੇ ਠੱਗੀਆਂ ਮਾਰੀਆਂ ਉਹਦਾ ਅਸੀਂ ਸਪਸ਼ਟ ਕਰਕੇ ਹੋਰ ਕੰਮ ਅਮਲ ਵਿੱਚ ਲਿਆਵਾਂਗੇ ਤਾਂ ਜੋ ਵਾਧਾ ਗਵਰਨਮੈਂਟ ਦਾ ਬਣਦਾ ਉਹਦਾ ਵਾਧਾ ਵੀ ਕਰਾਂਗੇ ਹੋਰ ਵੀ ਜੋ ਕਾਰਵਾਈ ਕਰਨੀ ਹੋਈ ਉਹਦੀ ਕੀਤੀ ਜਾਵੇਗੀ। ਸਰ ਵਿਪਿਨ ਜਿਹੜਾ ਆਪਣੇ ਵਿਧਾਇਕ ਹੈਗੇ ਨੇ ਹਲਕਾ ਦਸੂਆ ਦੇ ਕੰਮ ਵੀ ਸੁਖਮਣ ਤੋਂ ਅਗਰ ਪੀ ਏ ਬਣ ਕੇ ਕਿਸੇ ਨੇ ਠੱਗੀਆਂ ਮਾਰੀਆਂ ਉਸ ਸੰਬੰਧੀ ਜਿਹੜਾ ਹੈਗਾ ਅੱਜ ਪਤਾ ਚੱਲਿਆ ਕਿ ਦੋਸ਼ੀ ਕਾਬੂ ਕੀਤੇ ਗਏ ਨੇ ਕੀ ਮਹਿਸੂਸ ਹੋਣ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਕਰਮਵੀਰ ਸਿੰਘ ਜੀ ਭਰਮਾ ਹਲਕਾ ਦਸੂਆ ਦੇ ਹੈਗੇ ਇਹਨਾਂ ਦਾ ਇੱਕ ਵਿਅਕਤੀ ਨਾਂ ਲੈ ਕੇ ਇਲਾਕੇ ਦੇ ਅਲੱਗ ਅਲੱਗ ਲੋਕਾਂ ਨਾਲ ਠੱਗੀਆਂ ਮਾਰਦਾ ਸੀ ਵੀ ਮੈਨੂੰ ਪੈਸੇ ਚਾਹੀਦੇ ਨੇ ਐਮ ਐਲ ਏ ਸਾਹਿਬ ਨੇ ਕਿਹਾ ਪੀ ਏ ਬਣ ਗਿਆ ਜਿਹਦੇ ਖਿਲਾਫ ਅਸੀਂ ਮੁਕੱਦਮਾ ਨੰਬਰ 94 ਮਿਤੀ 27/5/2023 ਅੰਡਰ ਸੈਕਸ਼ਨ 419 420 170 ਆਈ ਪੀ ਸੀ ਦੇ ਤਹਿਤ ਮੁਕੱਦਮਾ ਫੌਰੀ ਤੌਰ 'ਤੇ ਦਰਜ ਕਰਕੇ ਅਲੱਗ ਅਲੱਗ ਪੁਲਿਸ ਪਾਰਟੀਆਂ ਬਣਾ ਕੇ ਅਲੱਗ ਅਲੱਗ ਇਲਾਕਿਆਂ ਭੇਜੀਆਂ ਜਿੱਥੋਂ ਵੀ ਉਹਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਵੀ ਦੋਸ਼ੀ ਉੱਤੇ ਅਸੀਂ ਮਿਤੀ 28/5 ਨੂੰ ਸਵੇਰੇ ਨਵੀਂ ਦਿੱਲੀ ਹੋਟਲ ਲੀਲਾ ਹੋਟਲ ਦੇ ਵਿੱਚੋਂ ਜਾ ਕੇ ਇਹ ਬੰਦਾ 12ਵੀਂ ਮੰਜ਼ਿਲ ਤੋਂ ਗ੍ਰਿਫਤਾਰ ਕੀਤਾ ਜਿਹੜਾ ਹੋਟਲ ਦੇ ਵਿੱਚ ਕਮਰਾ ਲੈ ਕੇ ਇਹਦੇ ਨਾਲ ਇੱਕ ਲੜਕੀ ਇਹਦਾ ਦੋਸ਼ੀ ਦਾ ਨਾਮ ਹੈ ਭੁਲਿੰਦਰ ਸਿੰਘ ਭੁਲਿੰਦਰ ਸਿੰਘ ਸਥਾਨੋਂ ਬਲਦੇਵ ਸਿੰਘ ਵਾਸੀ ਹਾਊਸ ਨੰਬਰ 888 ਫੇਜ 7 ਮੋਹਾਲੀ ਥਾਣਾ ਮਟੌਰ ਦਾ ਇਹ ਰਹਿਣਾ ਅਤੇ ਲੜਕੀ ਜਿਹੜੀ ਨਿਤਾਸ਼ਾ ਰਾਣੀ ਪੁੱਤਰੀ ਦੀਪਕ ਕੁਮਾਰ ਬਾਕੀ ਗੁਰੂ ਕਰਨ ਸਿੰਘ ਕਲੋਨੀ ਗੁਰੂ ਹਰ ਸਾਹਿਬ ਜ਼ਿਲ੍ਹਾ ਫਿਰੋਜ਼ਪੁਰ ਜੋ ਵੀ ਇਹਦੇ ਨਾਲ ਇਹ ਮਿਲ ਕੇ ਠੱਗੀਆਂ ਮਾਰਦੇ ਸੀ ਪੰਜਾਬ ਦੇ ਵਿੱਚ ਹੋਰ ਵੀ ਕਈ ਜਗ੍ਹਾ 'ਤੇ ਇਹਨਾਂ ਨੇ ਠੱਗੀਆਂ ਮਾਰੀਆਂ ਨੇ।